ਝੋਨੇ ਦੀ ਪਨੀਰੀ ਜਿਹੜੀ ਤਿਆਰ ਕਰਨੀ ਆ ਇਹ ਮੇਰੇ ਖਿਆਲ ਇੱਥੋਂ ਸਿੱਖਣੀ ਹੋਵੇ ਤਾਂ ਇਹਨਾਂ ਕੋਲ ਸਿੱਖੀ ਜਾ ਸਕਦੀ ਆ। ਥੋੜ੍ਹਾ ਇਹਦੇ ਬਾਰੇ ਵੀ ਗੱਲ ਦੱਸੋ ਵੀ ਇਹ ਕੀ ਭਾਈ ਝੋਨੇ ਦਾ ਬੀਜ ਜਿਹੜਾ ਨਾ ਜੀ ਇਹ ਸਾਨੂੰ ਵਿਆੜਾਂ 'ਚ ਬੀਜਣਾ ਚਾਹੀਦਾ। ਮਤਲਬ ਮੰਨ ਲਓ ਜੇ ਅਸੀਂ 50 ਕਿਲੋ ਬੀਜ ਬੀਜਨੇ ਨਾ ਜੀ, ਸਾਨੂੰ 50 ਕਿਲੋ ਬੀਜ ਵਾਸਤੇ 4 ਵਿਆੜੇ ਕਰਨੇ ਚਾਹੀਦੇ ਆ। ਬਿਲਕੁਲ 4 ਵਿਆੜੇ ਮਤਲਬ 50 ਕਿਲੋ ਬੀਜ ਬੀਜਣ ਵਾਸਤੇ ਸਾਡਾ ਆਪਣੀ ਲੇਬਰ ਵੀ ਹੋਏਗਾ ਨਾ ਜੀ, ਫਿਰ ਵੀ ਸਾਨੂੰ 4 ਦਿਨ ਲੱਗ ਜਾਂਦੇ ਆ ਜੀ। ਉਹਦੇ ਵਿੱਚ ਇੱਕ ਇੱਕ ਦਿਨ ਦਾ ਝੋਨੇ ਦਾ ਫਰਕ ਪੈਂਦਾ ਜੀ। ਬਿਲਕੁਲ ਬਿਲਕੁਲ ਠੀਕ ਹੈ ਜੀ। ਜਿਹੜੇ ਝੋਨਾ ਅੱਜ ਬੀਜਿਆ ਜਾਣਾ ਨਾ ਜੀ, ਉਹ ਪਿਛਲੇ ਕੱਲ੍ਹ ਵਾਲੇ ਨਹੀਂ ਚੱਲਣਾ ਜੀ, ਐਵਰੇਜ ਦਾ ਫਰਕ ਪੈਂਦਾ। ਇਸ ਕਰਕੇ ਵਿਆੜਿਆ ਝੋਨਾ ਬੀਜਿਆ ਹੋਵੇ ਪਨੀਰੀ ਖਰਾਬ ਘੱਟ ਹੁੰਦੀ ਹੈ, ਵਧੀਆ ਜੰਮ ਹੁੰਦਾ ਤੇ ਝਾੜ ਵੀ ਚੰਗਾ ਮਿਲਦਾ ਜੀ। ਬਾਕੀ ਬਹੁਤ ਬਹੁਤ ਸ਼ੁਕਰੀਆ ਜੀ। ਕਿਸਾਨ ਵੀਰੋ ਫਿਰ ਤੁਹਾਡੇ ਨਾਲ ਮਿਲਦੇ ਰਹਾਂਗੇ। ਜੇਕਰ ਤੁਹਾਨੂੰ ਇਹ ਵੀਡੀਓ ਜਿਹੜੀ ਸਾਡੀ ਚੰਗੀ ਲੱਗੇ, ਤੁਹਾਨੂੰ ਲੱਗਾ ਕਿ ਲੱਗੇ ਕਿ ਹੋਰਨਾਂ ਵਾਸਤੇ ਇੱਕ ਸਿੱਖਿਆ ਦਾ ਹੋ ਸਕਦੀ ਆ, ਤਾਂ ਇਹਨੂੰ ਜ਼ਰੂਰ ਸ਼ੇਅਰ ਕਰਿਓ, ਸਬਸਕ੍ਰਾਈਬ ਵੀ ਕਰਿਓ ਅਤੇ ਲਾਈਕ ਵੀ ਜ਼ਰੂਰ ਕਰਿਓ। ਸੋ ਬਹੁਤ ਬਹੁਤ ਧੰਨਵਾਦ, ਥੈਂਕ ਯੂ।